ਹਾਂਜੀ, ਇਸ ਵਕਤ ਅਸੀਂ ਖੜ੍ਹੇ ਹਾਂ ਵਾਰਡ ਨੰਬਰ 19 ਦੇ ਵਿੱਚ, ਜਿੱਥੇ ਕਿ ਆਪਾਂ ਕਾਂਗਰਸ ਪਾਰਟੀ ਦਾ ਜਿਹੜੀ ਪੋਲਿੰਗ ਲੱਗੀ ਹੋਈ ਹੈ, ਜਸਮੀਲ ਐਮਸੀ ਉਹਨਾਂ ਦੇ ਸਾਥੀ ਸਾਡੇ ਨਾਲ ਮੌਜੂਦ ਹੈ। ਆਪਾਂ ਗੱਲਬਾਤ ਕਰਦੇ ਹਾਂ ਕਿ ਕਿੰਨੀ ਕੁ ਵੋਟ ਜਿਹੜੀ ਪੋਲਿੰਗ ਹੋ ਚੁੱਕੀ ਆ ਔਰ ਕਿੰਨੀ ਬਾਕੀ ਆ, ਅਤੇ ਇਹਨਾਂ ਦਾ ਕੀ ਕਹਿਣਾ ਗਾ। ਹਾਂਜੀ ਜਸਮੀਲ ਜੀ, ਕੀ ਕਹਿਣਾ ਚਾਹੋਗੇ? ਵੋਟ ਸਾਡੇ ਜੀ ਸੇਖਾ ਰੋਡ ਵਿਖੇ, ਜੋ ਸਾਡੇ ਬੂਥ ਸੀ 122 ਤੋਂ 28 ਤੱਕ, ਬਹੁਤ ਵਧੀਆ ਸਾਡੀ ਪੋਲਿੰਗ ਹੋਈ ਹੈ। ਉਹ ਸਾਡੇ ਕਾਂਗਰਸ ਪਾਰਟੀ ਦੇ ਦੋ ਕੈਂਡੀਡੇਟ ਨੇ, ਉਹ ਵਧਾਈ ਦੇ ਪਾਤਰ ਨੇ, ਲੋਕ ਬਰਨਾਲਾ ਵਾਸੀ ਵਧਾਈ ਦੇ ਪਾਤਰ ਨੇ, ਔਰ ਲੋਕਾਂ ਨੇ ਲਾ ਲਾ ਮੋਹਰਾ ਪੰਜੇ ਤੇ, ਐ ਮੰਨ ਲਓ ਵੱਟ ਕਰਤੇ ਵੋਟਾਂ ਪਾਉਣ ਦੇ, ਅਸੀਂ ਖੁਸ਼ ਹਾਂ ਪੂਰੇ। ਅੱਜ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ, ਸਰਦਾਰ ਕੁਲਦੀਪ ਸਿੰਘ ਢਿੱਲੋਂ ਸਾਹਿਬ ਨੂੰ ਵੋਟਾਂ ਪਾਈਆਂ ਨੇ। ਅੱਜ ਬਰਨਾਲੇ ਦੇ ਜੋ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ 2027 ਦੇ ਵਿੱਚ ਸਰਕਾਰ ਦੇਖ ਰਹੇ ਨੇ, ਲੋਕ ਬੜੀ ਖੁਸ਼ ਨੇ, ਲੋਕ ਵੋਟਰ ਪਾ ਕੇ ਵੋਟਾਂ ਪਾ ਕੇ, ਅਸੀਂ ਸਾਰਿਆਂ ਨੂੰ ਬਰਨਾਲਾ ਵਾਸੀਆਂ ਨੂੰ ਔਰ ਕਾਂਗਰਸ ਪਾਰਟੀ ਦੇ ਕੈਂਡੀਡੇਟ ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਨੂੰ ਵਧਾਈ ਦਿੰਦੇ ਹਾਂ। ਮੁਕਾਬਲਾ ਕਿੱਦਾਂ ਦੇਖ ਰਹੇ ਸੀ ਤੁਸੀਂ? ਮੁਕਾਬਲਾ ਸਾਰੇ ਕਹੀ ਜਾਂਦੇ ਨੇ, ਕਾਲਾ ਢਿੱਲੋਂ ਨਾਲ ਮੁਕਾਬਲਾ, ਕਾਲਾ ਢਿੱਲੋਂ ਨਾਲ ਮੁਕਾਬਲਾ, ਸਾਰੀਆਂ ਪਾਰਟੀਆਂ ਕਹੀ ਜਾਂਦੇ ਨੇ, ਪਰ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ। ਅਸੀਂ 51% ਵੋਟ ਇਕੱਲੇ ਲੈ ਕੇ ਜਾਵਾਂਗੇ, 49% ਦੂਜੇ ਲੈ ਕੇ ਜਾਣਗੇ। ਮੈਂ ਤੁਹਾਨੂੰ 49-51 ਦੀ ਦੱਸ ਰਿਹਾ ਗੇਮ ਪੂਰੇ ਬਰਨਾਲੇ ਦੇ ਵਿੱਚ। ਸਾਡੇ ਤੁਸੀਂ ਪੁਰਾਣੇ ਸਾਡੇ ਖੁੰਡ ਬੈਠੇ ਨੇ, ਜਿਹੜੇ ਕਾਂਗਰਸ ਪਾਰਟੀ ਦੇ ਖੁੰਡ ਨੇ, ਆਹ ਬੈਠੇ ਨੇ ਆੜਤੀ ਹੈ, ਹੋਰ ਸਾਡੀਆਂ ਬੀਬੀਆਂ ਭੈਣਾਂ, ਸਾਡੇ ਆਪਦਾ ਪਰਿਵਾਰ, ਕਾਂਗਰਸ ਪਾਰਟੀ ਦਾ ਸਾਰਾ ਪਰਿਵਾਰ ਇੱਕ ਮੁੱਠਾ, ਹਾਈ ਕਮਾਂਡ ਵੀ ਔਰ ਸਾਰੇ ਵਰਕਰ ਵੀ ਇੱਕ ਮੁੱਠ ਨੇ, ਇਸ ਕਰਕੇ ਕਾਲਾ ਢਿੱਲੋਂ ਦੀ ਜਿੱਤ ਆ ਜੀ। ਸਾਡੇ ਨਾਲ ਪੋਲਿੰਗ ਏਜੰਟ ਤੇ ਇੱਥੇ ਲੇਡੀਜ਼ ਵੀ ਮੌਜੂਦ ਨੇ, ਆਪਾਂ ਗੱਲ ਕਰਦੇ ਹਾਂ ਕਿੰਨੀ ਵੋਟ ਭੁਗਤੀ ਆ ਅਤੇ ਮਤਲਬ ਕਿੰਨਾ ਹੋਏਗਾ। ਹਾਂਜੀ ਭੈਣੇ, ਕਿਵੇਂ ਵੋਟ ਭੁਗਤੀ ਆ ਜੀ? ਬਹੁਤ ਵਧੀਆ ਵੀਰ ਜੀ। ਹਾਂਜੀ, ਜਿੱਤ ਕਿਵੇਂ ਲੱਗਦੀ ਆ? ਪੱਕੀ ਹੈ। ਹਾਂਜੀ ਹਾਂਜੀ, ਜਿਵੇਂ ਜਸਮੀਲ ਜੀ ਨੇ ਕਿਹਾ ਕਿ ਸਾਡੀ ਬਹੁਤ ਵੱਡੀ ਰੀਡ ਦਾ ਜਿੱਤ ਹੋਊਗੀ ਜੀ। ਉਮੀਦ ਤੋਂ ਕਿਤੇ ਵੱਧ ਕੇ ਹੋਈ ਆ। ਜਿੱਤ ਯਕੀਨੀ ਆ? ਜਿੱਤ ਮਤਲਬ 100% ਆ, ਪੱਕੀ ਆ, ਯਕੀਨੀ ਜਿੱਤ ਹੈ। ਹਾਂਜੀ, 23 ਤਰੀਕ ਨੂੰ ਪਹਿਲਾਂ ਐਲਾਨ ਕਰਦੇ ਆਪਣੀ ਜਿੱਤ ਪੱਕੀ ਆ, ਲੱਡੂ ਵੰਡਾਂਗੇ। ਹਾਂਜੀ ਹਾਂਜੀ, ਵੰਡੋ ਵੰਡੋ ਵੰਡਾਂਗੇ। ਹਾਂਜੀ ਹਾਂਜੀ ਹਾਂਜੀ, ਐਮਸੀ ਸਾਹਿਬ। ਹਾਂ ਜੀ, ਬਹੁਤ ਵਧੀਆ ਸਾਡੀ ਪੋਲਿੰਗ ਸਵੇਰ ਦੀ ਬਹੁਤ ਵਧੀਆ ਰਹੀ, ਐਤਕੀ ਪੂਰੀ ਵਧੀਆ ਹੈ। ਮੈਂ ਪਹਿਲਾਂ ਵੀ ਪੋਲਿੰਗ 'ਤੇ ਬਹਿੰਦੀ ਹਾਂ, ਜਿਹੜਾ ਐਤਕੀ ਪੋਲਿੰਗ 'ਤੇ ਬਹਿਣਾ ਇਹਦੀ ਕੋਈ ਵੱਖਰੀ ਚੀਜ਼ ਸੀ। ਸੁਬਾਹ ਤੋਂ ਇੰਨਾ ਸਾਡੇ ਰਾਹ ਸੀ, 100% ਸਾਡੀ ਜਿੱਤ ਪੱਕੀ ਹੈ। ਹਾਂਜੀ, ਬਹੁਤ ਵਧੀਆ ਸੀ, ਲੱਡੂ ਪੱਕੇ ਵੰਡਾਂਗੇ, ਵੰਡ ਵੀ ਦਿੱਤੇ, ਵੰਡਾਂਗੇ ਵੀ, ਢੋਲ ਵੀ ਵਜਾਵਾਂਗੇ। ਕਾਂਗਰਸ ਪਾਰਟੀ, ਕਾਂਗਰਸ ਪਾਰਟੀ, ਸਰਦਾਰ ਕੁਲਦੀਪ ਸਿੰਘ ਜੀ ਕਾਲਾ ਢਿੱਲੋਂ, ਸਰਦਾਰ ਕੁਲਦੀਪ ਸਿੰਘ ਜੀ ਕਾਲਾ ਢਿੱਲੋਂ, ਕਾਲਾ ਢਿੱਲੋਂ ਜਿੱਤ ਗਿਆ ਜੀ। ਅਸੀਂ ਸਾਰੇ ਵਾਰਡ ਵਾਸੀਆਂ ਦਾ, ਅਸੀਂ ਸੇਖਾ ਰੋਡ ਵਾਰ ਵਾਸੀਆਂ ਦਾ, ਬਰਨਾਲਾ ਵਾਸੀਆਂ ਦਾ, ਪੂਰੇ ਹਲਕੇ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਕੱਲੀ ਇਕੱਲੀ ਵੋਟ, ਹੱਥ ਪੰਜੇ ਦਾ ਬਟਨ ਦਬਾ ਕੇ ਕਾਂਗਰਸ ਪਾਰਟੀ ਨੂੰ ਵੋਟ ਕੀਤੀ ਆ, ਕਾਲਾ ਢਿੱਲੋਂ ਜੀ ਨੂੰ ਵੋਟ ਕੀਤੀ ਆ। ਅਸੀਂ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ, ਸਭ ਦਾ ਧੰਨਵਾਦ। ਇਹ ਸੀਗੇ ਸਾਡੇ ਨਾਲ ਜਸਮੀਲ ਐਮਸੀ ਵਾਰਡ ਨੰਬਰ 19 ਦੇ ਵਿੱਚ, ਜਿਨ੍ਹਾਂ ਨੇ ਪੂਰੀ ਆਪਣੀ ਜਿੱਤ ਦਾ ਦਾਅਵਾ ਕੀਤਾ, ਪਰ ਹਜੇ ਰਿਜ਼ਲਟ ਆਉਣਾ ਬਾਕੀ ਹੈ। ਪਰ ਇਹਨਾਂ ਨੇ ਆਪਣੀ ਵੋਟਿੰਗ ਦੇ ਹਿਸਾਬ ਦੇ ਨਾਲ ਆਪਣਾ ਜਿਹੜਾ ਫੈਸਲਾ ਦੱਸ ਦਿੱਤਾ ਹੈ ਕਿ ਜਿਹੜੀ ਸਾਡੀ ਜਿੱਤ ਹੈ ਉਹ ਵੱਡੀ ਰੀਡ ਦਾ ਜਿੱਤ ਪ੍ਰਾਪਤ ਹੋਵੇਗੀ, ਪਰ ਫੈਸਲਾ 23 ਤਰੀਕ ਨੂੰ ਜਿਹੜਾ ਹੋਣਾ ਹੈ ਉਹ ਸੁਣਨਾ ਹਜੇ ਬਾਕੀ ਆ, ਜਿਵੇਂ ਅਸੀਂ ਤੁਹਾਨੂੰ ਇਹਨਾਂ ਸਾਰਿਆਂ ਨਾਲ ਮਿਲਾਇਆ। ਇਹ ਤਰ੍ਹਾਂ ਸਾਹਮਣੇ ਹੋਰ ਵੀ ਇਸ ਤਰ੍ਹਾਂ ਖਬਰਾਂ ਲੈ ਕੇ ਫਿਰ ਹਾਜ਼ਰ ਹਾਂ। ਉਦਕਲੀ, ਸਤਿ ਸ਼੍ਰੀ ਅਕਾਲ ਜੀ।